चैनल ते इस वीडियो नू लाइक कर लो ते अपने चैनल नू सब्सक्राइब कर लो, बैल आइकन दबना ना भुल्यो ताकि थोनू लेटेस्ट वीडियो दी नोटिफिकेशन सब तो पहला मिल सके। धन्यवाद। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਹਰਿੰਦਰ ਸਿੰਘ ਜੀ, ਕੀ ਹਾਲ ਆ? ਬਹੁਤ ਵਧੀਆ ਜੀ, ਤੁਸੀਂ ਦੱਸੋ? ਓਕੇ, ਫਸਟ ਕਲਾਸ। ਹੋਰ ਹਰਿੰਦਰ ਜੀ, ਅੱਜ ਦਾ ਕੀ ਪ੍ਰੋਗਰਾਮ ਆ ਤੁਹਾਡਾ? ਬਸ ਉਹੀ ਸਰ ਜੀ, ਰੋਜ਼ ਦੀ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਣਾ, ਆਪਣਾ ਸਾਰਾ ਦਿਨ ਐਂ ਨਿਕਲ ਜਾਣਾ ਜੀ। ਨਹੀਂ ਹਰਿੰਦਰ ਜੀ, ਅੱਜ ਤੁਹਾਡੀ ਡਿਊਟੀ ਲੱਗੀ ਹੈਗੀ ਬੱਚਿਆਂ ਨੂੰ ਪੋਲੀਓ ਦੇ ਬੂੰਦਾ ਪਿਆਉਣ ਲਈ। ਜੀ ਸਰ, ਠੀਕ ਹੈ ਜੀ, ਜਿਵੇਂ ਤੁਸੀਂ ਕਹੋਗੇ। ਐਵੇਂ ਕਰੀਓ, ਇੱਕ ਦੋ ਸਟੂਡੈਂਟ ਨਾਲ ਲੈ ਜਿਓ, ਤੁਹਾਡੀ ਮਦਦ ਹੋ ਜਾਏਗੀ, ਠੀਕ ਹੈ ਨਾ? ਠੀਕ ਹੈ ਸਰ, ਫਿਰ ਮੈਂ ਨਿਕਲਾਂ ਜੀ। ਠੀਕ ਆ, ਓਕੇ, ਚੰਗਾ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਆ ਜੀ? ਬਹੁਤ ਵਧੀਆ ਜੀ, ਤੁਸੀਂ ਦੱਸੋ? ਵਧੀਆ ਜੀ, ਬੈਠੋ। ਕਿਵੇਂ ਸਰ ਉਦਾਸ ਜੇ ਬੈਠੇ ਹੋ? ਤੁਸੀਂ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਹੋ। ਕੀ ਦੱਸਾਂ ਸਰ, ਕੱਲ੍ਹ ਜੋ ਮੈਂ ਇੱਕ ਘਰ ਦੀ ਕਹਾਣੀ ਸੁਣੀ ਨਾ, ਉਹ ਮੈਂ ਹੀ ਜਾਣ ਸਕਦਾ ਜੀ। ਇਹੋ ਜਿਹਾ ਕੀ ਹੋਇਆ ਸਰ, ਮੈਨੂੰ ਵੀ ਦੱਸੋ। ਸਕੂਲ ਵਿੱਚੋਂ ਸਾਨੂੰ ਦਿੱਤੀ ਗਈ ਛੁੱਟੀ ਸੀ ਬੁੰਦਾ ਪੋਲੀਓ ਦੀ ਪਾਉਣ ਲਈ। ਲੱਗੀ ਸਾਡੀ ਡਿਊਟੀ ਸੀ ਘਰਾਂ ਦੇ ਬੂਹੇ ਖੜਕਾਉਂਦੇ ਖੜਕਾਉਂਦੇ। ਮੈਂ ਇੱਕ ਦਰ ਦਾ ਬੂਹਾ ਜਾ ਖੜਕਾਇਆ, ਅੰਦਰੋਂ ਆਵਾਜ਼ ਆਈ, ਅੰਦਰ ਹੀ ਆ ਜਾ ਭਾਈ, ਮੈਂ ਗਲੀ ਦਾ ਬੂਹਾ ਨਹੀਂ ਉਲਾਇਆ। ਜਦ ਅੰਦਰ ਗਿਆ ਤਾਂ ਮਾਈ ਨੇ ਮੈਨੂੰ ਹੱਥ ਫੜ ਕੋਲ ਬਿਠਾਇਆ, ਕਹਿੰਦੀ ਕੌਣ ਹੈ ਪੁੱਤਰਾ ਤੂੰ ਅਤੇ ਹੈ ਕਿੱਥੋਂ ਆਇਆ? ਮੈਂ ਕਿਹਾ ਮਾਤਾ ਜੀ ਕੰਮ ਆਇਆ ਸਰਕਾਰੀ ਆ, ਬੁਲਾਓ ਪੁੱਤ ਪੋਤੇ ਆਪਣੇ, ਬੁੰਦਾ ਪੋਲੀਓ ਦੀਆਂ ਪਾਉਣੀਆਂ। ਮੇਰੀ ਗੱਲ ਸੁਣ ਮਾਈ ਤਾਂ ਨਿਕਲ ਗਿਆ ਰੋਣਾ ਸੀ, ਕਹਿੰਦੀ ਜੇ ਜਿਉਂਦਾ ਹੁੰਦਾ ਪੁੱਤ, ਪੁੱਤ ਮੇਰਾ ਤੇਰੀ ਉਮਰ ਦਾ ਹੋਣਾ ਸੀ। ਘਰੋਂ ਗਿਆ ਸੀ, ਮੈਂ ਕਿਹਾ ਛੇਤੀ ਮੁੜਿਆਈ ਪੁੱਤਰਾ, ਕਹਿੰਦਾ ਇੰਜ ਗਿਆ ਅਤੇ ਇੰਜ ਮੁੜ ਆਇਆ ਮਾਂ। ਮੈਂ ਤੱਕਦੀ ਰਹੀ ਵੇ ਰਾਹ ਉਹਦਾ, ਗਲੀ ਦਾ ਬੂਹਾ ਲਾਇਆ ਨਾ। ਮੈਂ ਤੱਕਦੀ ਰਹੀ ਵੇ ਰਾਹ ਉਹਦਾ, ਗਲੀ ਦਾ ਬੂਹਾ ਲਾਇਆ ਨਾ। ਸਵੇਰ ਤੋਂ ਸ਼ਾਮ, ਸ਼ਾਮ ਤੋਂ ਰਾਤ ਹੋ ਗਈ, ਰਾਤ ਕਾਹਦੀ ਹੋਈ ਪੁੱਤਾ,
ਪ੍ਰਭਾਤ ਹੋ ਗਈ। ਮੈਂ ਉਹਦੇ ਸੰਗੀਆਂ ਤੋਂ ਪਤਾ ਕੀਤਾ, ਕਹਿੰਦੇ ਸਾਡੇ ਕੋਲੋਂ ਤਾਂ ਚਲਾ ਗਿਆ ਕਿ ਤੁਹਾਡੇ ਕੋਲ ਮੁੜੇ ਆਇਆ ਨਾ। ਮੈਂ ਤੱਕਦੀ ਰਹੀ ਵੀ ਰਾਹ ਉਹਦਾ ਗਲੀ ਦਾ ਬੂਹਾ ਲਾਇਆ ਨਾ। ਮੈਂ ਤੱਕਦੀ ਰਹੀ ਵੀ ਰਾਹ ਉਹਦਾ ਗਲੀ ਦਾ ਬੂਹਾ ਲਾਇਆ ਨਾ। ਫਿਰ ਬੂਹਾ ਤੇਰੇ ਜਿਹੇ ਕਿਸੇ ਸੋਹਣੇ ਆਣ ਖੜਕਾਇਆ, ਮੈਂ ਭੱਜ ਦਰਾਂ ਕੋਲ ਗਈ, ਸ਼ਾਇਦ ਪੁੱਤ ਮੇਰਾ ਮੁੜ ਆਇਆ। ਉਹਨੇ ਜੋ ਬੋਲ ਬੋਲੀ ਹੁਣਾਂ 'ਤੇ ਮੈਨੂੰ ਪੂਰਾ ਯਕੀਨ ਆਇਆ ਨਾ। ਮੈਂ ਤੱਕਦੀ ਰਹੀ ਵੀ ਰਾਹ ਉਹਦਾ ਗਲੀ ਦਾ ਬੂਹਾ ਲਾਇਆ ਨਾ। ਮੈਂ ਤੱਕਦੀ ਰਹੀ ਵੀ ਰਾਹ ਉਹਦਾ ਗਲੀ ਦਾ ਬੂਹਾ ਲਾਇਆ ਨਾ। ਕਹਿੰਦਾ ਮਾਤਾ ਪੁੱਤ ਤੇਰਾ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ, ਸੜਕ 'ਤੇ ਤੁਰੇ ਜਾਂਦੇ ਨੂੰ ਟਰੱਕ ਕੋਈ ਮਾਰ ਗਿਆ। ਉਹਦੀ ਗੱਲ ਸੁਣ ਜਿਵੇਂ ਮੇਰੇ ਪੈਰਾਂ ਹੇਠ ਅੱਗ ਲੱਗ ਗਈ। ਮੈਂ ਨੰਗੇ ਪੈਰੀ ਹੀ ਉਹਦੀ ਦੱਸੀ ਹੋਈ ਜਗ੍ਹਾ ਵੱਲ ਭੱਜ ਲਈ। ਸਾਹਮਣੇ ਦੇਖਿਆ ਤਾਂ ਸੋਹਣੇ ਪੁੱਤ ਦੀ ਲਾਸ਼ ਸੀ। ਦੇਖ ਕੇ ਵੀ ਮੈਨੂੰ ਪੂਰਾ ਯਕੀਨ ਆਇਆ ਨਾ। ਮੈਂ ਤੱਕਦੀ ਰਹੀ ਵੀ ਰਾਹ ਉਹਦਾ ਗਲੀ ਦਾ ਬੂਹਾ ਲਾਇਆ ਨਾ। ਮੈਂ ਤੱਕਦੀ ਰਹੀ ਵੀ ਰਾਹ ਉਹਦਾ ਗਲੀ ਦਾ ਬੂਹਾ ਲਾਇਆ ਨਾ। ਸੁਣ ਮਾਈ ਦੀਆਂ ਗੱਲਾਂ, ਹੰਝੂ ਇੱਕ ਮੇਰਾ ਵੀ ਨਿਕਲ ਗਿਆ। ਸੋਚਿਆ ਕਿਉਂ ਮਾਈ ਦਾ, ਹੱਸਦਾ ਵੱਸਦਾ ਟੱਬਰ ਵਿਖਰ ਗਿਆ। ਛਲ ਤੇਰੀਆਂ ਤੂੰ ਜਾਣੇ ਕਰਤਾਰ, ਪਰ ਐਡਾ ਵੀ ਕਹਿਰ ਨਾ ਗੁਜ਼ਾਰਿਆ ਕਰ। ਜਿਉਂਦੇ ਜੀ ਮਾਵਾਂ ਦੇ, ਪੁੱਤਾਂ ਨੂੰ ਨਾ ਮਾਰਿਆ ਕਰ। ਰੋਂਦੀ ਵੇਖ ਮਾਈ ਨੂੰ, ਮੈਂ ਗੱਲ ਬੱਕੜੀ ਵਿੱਚ ਲੈ ਲਿਆ, ਪਰ ਇੱਕ ਨਾ ਸੁਣੀ ਮਾਈ ਨੇ ਮੇਰੀ। ਕਹਿੰਦੀ ਰਹੀ ਘਰੋਂ ਗਿਆ ਸੀ ਪੁੱਤ ਮੇਰਾ, ਕਿਉਂ ਘਰ ਮੁੜ ਆਇਆ ਨਾ। ਮੈਂ ਤਾਂ ਤੱਕਦੀ ਪਈ ਸੀ ਰਾਹ ਉਹਦਾ, ਪੁੱਤਰਾ ਮੈਂ ਤਾਂ ਗਲੀ ਦਾ ਬੂਹਾ ਵੀ ਲਾਇਆ ਨਾ। ਮੈਂ ਤਾਂ ਗਲੀ ਦਾ ਬੂਹਾ ਵੀ ਲਾਇਆ ਨਾ। ਮੈਂ ਤਾਂ ਗਲੀ ਦਾ ਬੂਹਾ ਵੀ ਲਾਇਆ ਨਾ। ਸਰ ਇਹ ਉਹ ਘਟਨਾ ਸੀ ਜੋ ਕੱਲ੍ਹ ਮੇਰੇ ਨਾਲ ਹੋਈ। ਉਹ ਰੋਂਦੀ ਹੋਈ ਮਾਈ ਮੇਰੇ ਕੋਲੋਂ ਝੱਲੀ ਨਹੀਂ ਜਾਂਦੀ ਸੀ। ਸਰ ਤੁਹਾਡੀਆਂ ਗੱਲਾਂ ਸੁਣ ਕੇ ਮੇਰਾ ਵੀ ਰੋਣਾ ਨਿਕਲ ਗਿਆ, ਪਰ ਇਸ 'ਚ ਆਪਾਂ ਕਰ ਵੀ ਕੀ ਸਕਦੇ ਹਾਂ। ਹਾਂਜੀ ਸਰ, ਕਰ ਤਾਂ ਕੁਝ ਨਹੀਂ ਸਕਦੇ, ਪਰ ਇੱਕ ਕੋਸ਼ਿਸ਼ ਤਾਂ ਕਰ ਸਕਦੇ ਹਾਂ ਕਿ ਜਦੋਂ ਵੀ ਆਪਾਂ ਸੜਕ 'ਤੇ ਕੋਈ ਸਾਧਨ ਚਲਾਈਏ ਤਾਂ ਇੰਨੀ ਕਾਹਲ ਨਾ ਕਰੀਏ ਕਿ ਉਹ ਆਪਣੇ ਕੰਟਰੋਲ ਤੋਂ ਬਾਹਰ ਹੋ ਜੇ, ਕਿਉਂਕਿ ਆਪਾਂ ਸਾਰਿਆਂ ਨੂੰ ਘਰਾਂ ਦੇ ਬੂਹੇ 'ਤੇ ਕੋਈ ਨਾ ਕੋਈ ਉਡੀਕ ਰਿਹਾ ਹੁੰਦਾ ਹੈ। ਸਤਿ ਸ਼੍ਰੀ ਅਕਾਲ ਮੇਰੇ ਸਾਰਿਆਂ ਨੂੰ, ਕਿਵੇਂ ਲੱਗੀ ਸਾਡੀ ਵੀਡੀਓ? ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਅੱਗੇ ਸਾਡੀਆਂ ਇਹੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ। ਧੰਨਵਾਦ।